Hello guys, welcome to Lockdown Tech Study YouTube channel. I am Kiran. हुण देखो आउटपुट डिवाइसिस की होनी आज का टॉपिक अपना यही है। सो लास्ट टॉपिक आप पढ़िया सी इनपुट डिवाइसिस। इनपुट डिवाइसिस की सीगियाँ कि कंप्यूटर तो इनपुट जिहड़ियां दिंदियां सी कंप्यूटर नूं, ते हुण आपां नूं जिहड़ी आउटपुट मिलती आ वो आपां नूं किहदे थ्रू मिलती? आउटपुट डिवाइसिस के थ्रू। वो आडियो, विजुअल, टैक्सटुअल, हार्ड कॉपी किसी भी तरह की हो सकती आ। सो आउटपुट डिवाइसिस दीआं कुछ टाइप्स आ, उहनां नूं आपां वन बाय वन पढ़ते हैं। सो आउटपुट डिवाइसिस दे विच फस्ट हैगा मोनीटर। मोनीटर की है? एक आउटपुट डिवाइस आ जिहदे उत्ते आपां नूं आउटपुट जिहड़ी आ दिखदी आ, मतलब स्क्रीन दे उत्ते आपां आउटपुट नूं देख सकते हो। टैक्सट, पिक्चर, वीडियो कुछ भी हो सकता है। सो वो हुंदा अपना मोनीटर। तो इहदियां कुछ टाइप्स भी ने। फस्ट हैगा CRT, कैथोड रे ट्यूब। ये वैक्यूम ट्यूब टैक्नोलॉजी आ। इन्हां दा वेट बहुत ज़्यादा हुंदा आ, कॉस्ट भी ज़्यादा हुंदी आ, महंगे हुंदे आ, तो इलैक्ट्रिसिटी भी ज़्यादा यूज़ करते हैं। तो पुराने जमाने में यूज़ किए जाते, हुण नहीं यूज़ किए जाते, हुण बहुत घट गया है। नैक्सट हैगा अपनी को LCD, लिक्विड क्रिस्टल डायड। ਇਹਦੇ ਵਿੱਚ ਆਪਾਂ ਲਿਕੁਇਡ ਕ੍ਰਿਸਟਲਸ ਯੂਜ਼ ਕਰਦੇ ਹਾਂ। ਸਲਿਮ ਹੁੰਦੇ ਆ ਸਾਈਜ਼ ਵਿੱਚ, ਅਤੇ ਵੇਟ ਵੀ ਇਹਨਾਂ ਦਾ ਘੱਟ ਹੁੰਦਾ ਆ, ਅਤੇ ਨੋਟਬੁੱਕ ਅਤੇ ਸਮਾਲ ਕੰਪਿਊਟਰਸ ਦੇ ਵਿੱਚ ਯੂਜ਼ ਕੀਤੇ ਜਾਂਦੇ ਆ। ਨੈਕਸਟ ਹੈਗਾ ਆਪਣੀ ਕੋਲ LED, ਲਾਈਟ ਐਮੀਟਰ ਡਾਇਡ। ਇਹ ਸੈਮੀ ਕੰਡਕਟਰ ਇਹਦੇ ਵਿੱਚ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਆ। LCD ਦੇ ਵਾਂਗੂ ਹੀ ਹੁੰਦੇ ਆ, ਬਟ LCD ਨਾਲੋਂ ਜ਼ਿਆਦਾ ਵਧੀਆ ਹੁੰਦੇ ਆ। ਸੋ ਇਹ ਸੈੱਲਫੋਨਸ, ਕੰਪਿਊਟਰ, ਮੋਨੀਟਰ, ਫਲੈਸ਼ਲਾਈਟ ਐਗਜੈਕਟਰਾ ਦੇ ਵਿੱਚ ਯੂਜ਼ ਕੀਤੇ ਜਾਂਦੇ ਆ, ਕਿਉਂਕਿ ਇਹ ਜ਼ਿਆਦਾ ਵਧੀਆ ਹੁੰਦੇ ਆ LCD ਜਿਹੜੇ ਆਪਣੇ ਮੋਨੀਟਰ ਆ ਉਹਨਾਂ ਦੇ ਨਾਲੋਂ। ਸੋ ਨੈਕਸਟ ਹੈਗਾ ਆਪਣਾ ਗ੍ਰਾਫਿਕ ਕਾਰਡ। ਗ੍ਰਾਫਿਕ ਕਾਰਡ ਕੀ ਆ? ਇੱਕ ਪ੍ਰੋਸੈਸਿੰਗ ਡਿਵਾਈਸ ਆ ਜਿਹਦੇ ਉੱਤੇ ਆਪਾਂ ਰੈਜੂਲੇਸ਼ਨ ਨੂੰ ਸੈੱਟ ਕਰਦੇ ਹਾਂ, ਮਤਲਬ ਰੀਫਰੈਸ਼ ਕਰਦੇ ਹਾਂ, ਮਤਲਬ ਕਲਰ ਵਗੈਰਾ ਸੈੱਟ ਕਰਨਾ ਹੋਵੇ, ਰੈਜੂਲੇਸ਼ਨ ਕਿ ਕਿੰਨਾ ਆਪਾਂ ਨੂੰ ਚਾਹੀਦਾ ਆ, ਕਿੰਨੀ ਵੱਡੀ ਸਕਰੀਨ, ਕਿੰਨੀ ਛੋਟੀ ਸਕਰੀਨ, ਉਹ ਸਾਰਾ ਗ੍ਰਾਫਿਕ ਕਾਰਡਸ ਦਾ ਕੰਮ ਆ। ਹੁਣ ਦੇਖੋ ਇਹਦੇ ਵਿੱਚ ਦੋ ਕਾਰਡ ਯੂਜ਼ ਕੀਤੇ ਜਾਂਦੇ, ਇੱਕ ਸਾਊਂਡ ਕਾਰਡ, ਇੱਕ ਵੀਡੀਓ ਕਾਰਡ। ਹੁਣ ਸਾਊਂਡ ਕਾਰਡ ਦਾ ਕੰਮ ਹੈਗਾ ਆ ਕਿ ਸਾਊਂਡ ਵਗੈਰਾ ਨੂੰ ਸੈੱਟ ਕਰਨਾ, ਹੈ ਨਾ। ਅਤੇ ਨੈਕਸਟ ਵੀਡੀਓ ਕਾਰਡ ਦਾ ਕੰਮ ਹੈਗਾ ਰੈਜੂਲੇਸ਼ਨ ਵਗੈਰਾ ਸੈੱਟ ਕਰਨੇ, ਉਹਦਾ ਸਾਰਾ ਜਿੰਨਾ ਵੀ ਉਹਦੇ ਵਿੱਚ ਪਿਕਸਲਸ ਆ ਉਹ ਕਿੰਨੇ ਹੋਣੇ ਚਾਹੀਦੇ ਆ, ਕਿੰਨੇ ਨਹੀਂ, ਉਹ ਸਾਰਾ ਰੈਜੂਲੇਸ਼ਨ ਮਤਲਬ ਗ੍ਰਾਫਿਕ ਕਾਰਡਸ ਦੇ ਉੱਤੇ ਹੀ ਆਪਣਾ ਜਿਹੜਾ ਜਿੰਨਾ ਵੀ ਵਰਕ ਆ ਉਹ ਡਿਪੈਂਡ ਕਰਦਾ ਹੁੰਦਾ ਹੈ। ਅਤੇ ਇਹ ਦੋਨੇ ਜਿਹੜੇ ਆ CPU ਦੇ ਵਿੱਚ ਲੱਗਦੇ ਆ। ਨੈਕਸਟ ਹੈਗਾ ਆਪਣਾ ਪ੍ਰਿੰਟਰਸ। ਹੁਣ ਪ੍ਰਿੰਟਰ ਦੇ ਉੱਤੇ ਆਪਾਂ ਨੂੰ ਇੱਕ ਆਊਟਪੁੱਟ ਮਿਲਦੀ ਆ, ਮਤਲਬ ਪ੍ਰਿੰਟਰ ਦੇ ਨਾਲ ਆਪਾਂ ਨੂੰ ਆਊਟਪੁੱਟ ਮਿਲਦੀ ਆ। ਆਊਟਪੁੱਟ ਮਤਲਬ ਉਹ ਹਾਰਡ ਆਊਟਪੁੱਟ ਹੁੰਦੀ ਆ ਜਿਹਨੂੰ ਆਪਾਂ ਹੱਥ ਵਿੱਚ ਫੜ ਸਕਦੇ ਹਾਂ, ਉਹ ਕਹਿੰਦੇ ਆ ਪ੍ਰਿੰਟਰ, ਪ੍ਰਿੰਟਡ ਡਾਕੂਮੈਂਟ ਵੀ ਕਹਿ ਸਕਦੇ। ਇਹ ਕੁਛ ਟਾਈਪਸ ਆ, ਇਹਨਾਂ ਨੂੰ ਆਪਾਂ ਇੱਕ ਪ੍ਰਿੰਟਰ ਦਾ ਇੱਕ ਆਪਾਂ ਜਿਹੜਾ ਆ ਵੀਡੀਓ ਅਲੱਗ ਬਣਾਵਾਂਗੇ। ਜੇ ਮੈਂ ਇੱਥੇ ਦੱਸਣ ਲੱਗੀ ਇਹਨਾਂ ਨੂੰ ਵਨ ਬਾਏ ਵਨ, ਤਾਂ ਇਹ ਕਾਫੀ ਲੈਂਥੀ ਟੋਪਿਕ ਹੋ ਜਾਣਾ ਆ। ਸੋ ਆਪਾਂ ਫਸਟ ਆਪਾਂ ਪੜ੍ਹ ਲੈਂਦੇ ਹਾਂ ਆਪਣੇ ਡੋਟ ਮੈਟ੍ਰਿਕਸ ਬਾਰੇ। ਮੈਂ ਤੁਹਾਨੂੰ ਇਗਜ਼ਾਮਪਲਸ ਦੇ ਕੇ ਇਹਨਾਂ ਨੂੰ ਥੋੜ੍ਹਾ ਦੱਸ ਦਿੰਦੀ ਹਾਂ, ਬਟ ਆਪਾਂ ਡਿਟੇਲ ਵਿੱਚ ਜਿਹੜਾ ਇੱਕ ਵੀਡੀਓ ਵਿੱਚ ਦੇਖਾਂਗੇ। ਫਸਟ ਦੇਖ ਲਓ ਤੁਸੀਂ ਡੋਟ ਮੈਟ੍ਰਿਕਸ ਦਾ ਜਿਹੜਾ ਡਾਇਗ੍ਰਾਮ ਆ ਉਹ ਦੇਖ ਸਕਦੇ ਕਿ ਕਿਸ ਤਰ੍ਹਾਂ ਦਾ ਹੁੰਦਾ ਡੋਟ ਮੈਟ੍ਰਿਕਸ। ਇਹ ਜਿਹੜਾ ਬੈਂਕ ਵਗੈਰਾ ਦੇ ਵਿੱਚ ਜ਼ਿਆਦਾ ਯੂਜ਼ ਕੀਤਾ ਜਾਂਦਾ ਆ, ਜਦੋਂ ਆਪਾਂ ਬੈਂਕ ਦੀ ਕਾਪੀ ਦੇ ਉੱਤੇ ਆਪਾਂ ਜਿਹੜੇ ਆਪਣੀਆਂ ਟ੍ਰਾਂਜੈਕਸ਼ਨਸ ਐਂਟਰੀਜ਼ ਕਰਨੀਆਂ ਹੁੰਦੀਆਂ। ਨੈਕਸਟ ਹੈਗਾ ਇੰਕਜੈਟ ਪ੍ਰਿੰਟਰ। ਇਹਦਾ ਡਾਇਗ੍ਰਾਮਸ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਹੁੰਦਾ, ਇਹਨੂੰ ਡਿਟੇਲ ਵਿੱਚ ਆਪਾਂ ਨੈਕਸਟ ਵੀਡੀਓਜ਼ ਦੇ ਵਿੱਚ ਪੜ੍ਹਾਂਗੇ। ਨੈਕਸਟ ਹੈਗਾ ਆਪਣੇ ਕੋਲ ਡਰਮ ਪ੍ਰਿੰਟਰ। ਡਰਮ ਦੇ ਵਿੱਚ ਦੇਖੋ, ਡਰਮ ਤੋਂ ਹੀ ਪਤਾ ਲੱਗਦਾ ਇਹਦੇ ਵਿੱਚ ਇੱਕ ਡਰਮ ਜਿਹਾ ਲੱਗਾ ਹੋਇਆ ਹੈ ਜਿਹਦੇ ਨਾਲ ਕਿ ਇਹ ਪ੍ਰਿੰਟ ਆਊਟ ਆਪਣਾ ਕੱਢਦਾ ਆ। ਨੈਕਸਟ ਆਪਣੇ ਕੋਲ ਹੈਗਾ ਚੈਨ ਔਰ ਬੈਂਡ ਪ੍ਰਿੰਟਰ, ਜਿਹਦੇ ਵਿੱਚ ਆਪਣੇ ਕੋਲ ਆਪਾਂ ਕੋਈ ਜਿਹੜੇ ਆਪਣੇ ਪਿਕਚਰਸ ਹੁੰਦੀਆਂ ਆ ਜਾਂ ਫਿਰ ਆਪਣੇ ਟੈਗ ਹੁੰਦੇ ਆ ਕਲੋਥਸ ਵਗੈਰਾ ਦੇ, ਉਹ ਜਿਹੜੇ ਆਪਣੇ ਬਣਦੇ ਆ ਇਹਨਾਂ ਦੇ ਵਿੱਚ, ਠੀਕ ਹੈ। ਨੈਕਸਟ ਹੈਗਾ ਆਪਣੇ ਕੋਲ ਲੇਜ਼ਰ ਪ੍ਰਿੰਟਰ। ਲੇਜ਼ਰ ਪ੍ਰਿੰਟਰ ਕੀ ਹੈ? ਇਹ ਲੇਜ਼ਰ ਦੇ ਇਹਦੇ ਵਿੱਚ ਲੇਜ਼ਰ ਜਿਹੜਾ ਆ ਵਰਕ ਕਰਦਾ ਹੈ ਪ੍ਰਿੰਟ ਆਊਟ ਪ੍ਰਿੰਟ ਕੱਢਣ ਦੇ ਲਈ। ਸੋ ਇਹਦਾ ਡਾਇਗ੍ਰਾਮਸ ਪਿਕਚਰ ਤੁਸੀਂ ਦੇਖ ਸਕਦੇ ਹੋ। ਨੈਕਸਟ ਹੈਗਾ ਆਪਣੇ ਕੋਲ ਪਲੋਟਰ, ਵੱਡੀਆਂ ਵੱਡੀਆਂ ਜਿਹੜੀਆਂ ਪਿਕਚਰਸ, ਬੈਨਰ ਵਗੈਰਾ, ਉਹਨਾਂ ਨੂੰ ਪ੍ਰਿੰਟ ਆਊਟ ਕਰਨ ਦੇ ਲਈ ਆਪਾਂ ਜ਼ਿਆਦਾਤਰ ਪਲੋਟਰਸ ਯੂਜ਼ ਕਰਦੇ ਆ, ਜਿਹੜੇ ਕਿ ਉਹ ਵੱਡੀਆਂ ਵੱਡੀਆਂ ਪਿਕਚਰਸ ਨੂੰ ਜਿਹੜੇ ਆ ਕਰ ਸਕਦੇ ਆ ਪ੍ਰਿੰਟ ਆਊਟ। ਸੋ ਇਸ ਪ੍ਰਿੰਟਰਸ ਨੂੰ ਆਪਾਂ ਡਿਟੇਲ ਵਿੱਚ ਵੀ ਇੱਕ ਲਾਸਟ ਇੱਕ ਅਲੱਗ ਵੀਡੀਓ ਦੇ ਵਿੱਚ ਦੇਖਾਂਗੇ। ਸੋ ਨੈਕਸਟ ਟੋਪਿਕ ਹੈਗਾ ਆਪਣਾ, ਸੋ ਨੈਕਸਟ ਹੈ ਆਪਣੇ ਕੋਲ ਪ੍ਰੋਜੈਕਟਰ। ਪ੍ਰੋਜੈਕਟਰ ਦੇ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਇਹ ਪ੍ਰੋਜੈਕਟ ਵਗੈਰਾ ਆਪਾਂ ਨੂੰ ਸ਼ੋ ਕਰਦਾ ਆ। ਦੇਖੋ ਆਪਣੇ ਕੋਲ ਵਾਈਟ ਸਕਰੀਨ ਪਿਕਚਰਸ ਦੇ ਵਿੱਚ ਸ਼ੋ ਹੋ ਰਹੀ ਆ, ਵਾਈਟ ਸਕਰੀਨ ਲੱਗੀ ਹੋਈ ਆ, ਅਤੇ ਇੱਧਰਲੇ ਪਾਸੇ ਜਿਹੜਾ ਆ ਬਲੈਕ ਕਲਰ ਦਾ ਜਿਹੜਾ ਆਪਣੇ ਕੋਲ ਪ੍ਰੋਜੈਕਟਰ ਲੱਗਾ ਹੋਇਆ ਹੁੰਦਾ ਆ। ਅਤੇ ਇਹਦੇ ਵਿੱਚ ਕੀ ਆਪਾਂ ਕੰਪਿਊਟਰ ਦੇ ਨਾਲ ਇਹਨੂੰ ਅਟੈਚ ਕਰ ਦਿੰਦੇ ਹਾਂ, ਕੰਪਿਊਟਰ ਦੇ ਵਿੱਚ ਆਪਾਂ ਕੁਛ ਵੀ ਓਪਨ ਕਰਦੇ ਹਾਂ ਤਾਂ ਉਹ ਆਪਾਂ ਨੂੰ ਕਿੱਥੇ ਸ਼ੋ ਹੁੰਦਾ? ਵਾਈਟ ਸਕਰੀਨ ਦੇ ਉੱਤੇ ਸ਼ੋ ਹੁੰਦਾ ਆ, ਚਾਹੇ ਉਹ ਪਿਕਚਰਸ ਆ, ਚਾਹੇ ਉਹ ਵੀਡੀਓਜ਼ ਆ, ਚਾਹੇ ਕੋਈ ਆਪਾਂ ਪ੍ਰੈਜੈਂਟੇਸ਼ਨ ਦੇ ਰਹੇ ਹਾਂ, ਚਾਹੇ ਕੋਈ ਆਪਾਂ ਲੈਕਚਰ ਲੈ ਰਹੇ ਹਾਂ, ਆਪਾਂ ਕੰਪਿਊਟਰ ਵਿੱਚ ਜੋ ਵੀ ਓਪਨ ਕਰਾਂਗੇ ਉਹ ਆਪਾਂ ਨੂੰ ਵਾਈਟ ਸਕਰੀਨ ਦੇ ਉੱਤੇ ਦਿਸੇਗਾ, ਜਿਹਦੇ ਨਾਲ ਕੀ ਆ ਜ਼ਿਆਦਾ ਆਡੀਅੰਸ ਦੇਖ ਸਕਦੀ ਆ। ਨੈਕਸਟ ਹੈਗਾ ਆਪਣੇ ਕੋਲ ਹੈੱਡਫੋਨ। ਹੈੱਡਫੋਨ ਤਾਂ ਸਾਰਿਆਂ ਨੂੰ ਪਤਾ
ਹੈ ਕਿ ਇੱਕ ਸਿੰਗਲ ਪਰਸਨ ਜਿਹੜਾ ਆ ਉਹ ਹੈੱਡਫੋਨ ਨੂੰ ਸੁਣ ਸਕਦਾ। ਇਹਨੂੰ ਈਅਰਫੋਨ ਔਰ ਹੈੱਡਫੋਨਸ ਵੀ ਕਹਿੰਦੇ ਜਿਹਦੇ ਉੱਤੇ ਆਪਾਂ ਸੌਂਗ ਵਗੈਰਾ ਸੁਣਦੇ ਹਾਂ, ਕੋਈ ਆਵਾਜ਼ ਸੁਣਦੇ ਹਾਂ। ਨੈਕਸਟ ਹੈਗਾ ਆਪਣਾ ਸਪੀਕਰ। ਸਪੀਕਰ ਆਪਾਂ ਉਦੋਂ ਯੂਜ਼ ਕਰਦੇ ਹਾਂ ਸਪੀਕਰ ਦੇ ਉੱਤੇ ਜ਼ਿਆਦਾ ਜਾਣੇ ਜੇ ਸੁਣ ਸਕਦੇ ਹਾਂ, ਅਤੇ ਇਹ ਜਦੋਂ ਆਪਾਂ ਮਾਈਕ ਦੇ ਵਿੱਚ ਬੋਲਦੇ ਹਾਂ, ਰਿਕਾਰਡਿੰਗ ਕਰਦੇ ਹਾਂ ਕੋਈ ਵੀ ਕਿਸੇ ਤਰ੍ਹਾਂ ਦੀ, ਤਾਂ ਫਿਰ ਉਹਨੂੰ ਆਪਾਂ ਸਪੀਕਰ ਦੇ ਉੱਤੇ ਸੁਣਦੇ ਹਾਂ। ਮਤਲਬ ਸਪੀਕਰ ਕੀ ਆਪਾਂ ਨੂੰ ਆਊਟਪੁੱਟ ਦਿੰਦਾ ਆ। ਸੋ ਇਹ ਵਾਇਰਡ ਵੀ ਹੋ ਸਕਦੇ ਆ ਅਤੇ ਵਾਇਰਲੈਸ ਵੀ ਹੁੰਦੇ ਨੇ। ਸੋ ਇਹ ਹੁੰਦੇ ਨੇ ਆਪਣੇ ਸਪੀਕਰ ਜਿਨ੍ਹਾਂ ਦੇ ਉੱਤੇ ਆਵਾਜ਼ ਸੁਣਦੇ ਹਾਂ। ਨੈਕਸਟ ਹੈਗਾ ਆਪਣੇ ਕੋਲ GPS, ਗਲੋਬਲ ਪੋਜੀਸ਼ਨਿੰਗ ਸਿਸਟਮ। ਇਹ ਰੇਡੀਓ ਵੇਵ ਜਿਹੜੀਆਂ ਟੈਕਨੀਕਸ ਆ ਉਹਨਾਂ ਦੇ ਬੇਸ ਦੇ ਉੱਤੇ ਹੁੰਦਾ ਆ, ਅਤੇ ਸੈਟੇਲਾਈਟ ਦੇ ਨਾਲ ਜਿਹੜਾ ਆ ਇਹ ਕੰਮ ਕਰਦਾ ਆ, ਯੂਜ਼ ਕਰਦਾ ਆ ਇਹ ਮਾਈਕਰੋਵੇਵ ਸਿਗਨਲਸ ਨੂੰ, ਠੀਕ ਹੈ, GPS ਦੇ ਨਾਲ ਟੋਕ ਕਰਨ ਦੇ ਲਈ। ਇਹ ਜਿਹੜਾ ਕਿ ਆਪਣੇ ਮੋਬਾਈਲਸ ਦੇ ਵਿੱਚ ਵੀ ਹੁੰਦਾ ਆ, ਜਿੱਦਾਂ ਮੋਬਾਈਲ ਦੇ ਵਿੱਚ ਆਪਾਂ ਕੋਈ ਐਪ ਡਾਊਨਲੋਡ ਕਰ ਲੈਂਦੇ ਹਾਂ, ਤਾਂ ਉਸ ਐਪ ਦੇ ਵਿੱਚ ਜਦੋਂ ਆਪਾਂ ਆਪਣਾ ਕੋਈ ਵੀ ਐਡਰੈਸ ਪਾਉਂਦੇ ਹਾਂ ਅਤੇ ਆਪਾਂ ਨੂੰ ਰਸਤਾ ਦਿਖਾ ਦਿੰਦਾ, ਅਤੇ ਟਾਈਮ ਵੀ ਦੱਸ ਦਿੰਦਾ ਹੈ ਕਿ ਕਿੰਨੇ ਟਾਈਮ ਦੇ ਵਿੱਚ ਤੁਸੀਂ ਉੱਥੇ ਪਹੁੰਚ ਸਕਦੇ ਹੋ, ਅਤੇ ਇਹ ਰਸਤਾ ਕਿੱਥੋਂ ਕਿੱਥੋਂ ਦੀ ਜਾ ਕੇ ਤੁਸੀਂ ਜਿਹੜਾ ਉਸ 'ਤੇ ਪਹੁੰਚ ਸਕਦੇ ਹੋ। ਸੋ ਨੈਕਸਟ ਹੈ ਆਪਣੇ ਕੋਲ ATM, ਆਟੋਮੇਟਿਡ ਟੇਲਰ ਮਸ਼ੀਨ, ਜਿਹਦੇ ਵਿੱਚੋਂ ਆਪਾਂ ਮਨੀ ਕਿਸੇ ਵੀ ਟਾਈਮ ਕਢਵਾ ਸਕਦੇ ਹਾਂ, ਅਤੇ ਇਹਦੇ ਲਈ ਆਪਾਂ ਨੂੰ ਇੱਕ ਬੈਂਕ ਤੋਂ ਕਾਰਡ ਬਣਵਾਉਣਾ ਪੈਂਦਾ ਆ, ਅਤੇ ਉਹ ਕਾਰਡ ਪੁੱਟ ਕਰਕੇ ਆਪਾਂ ਮਨੀ ਕਢਾ ਸਕਦੇ। ਸੋ ਇਹ ਵੀ ਇੱਕ ਆਊਟਪੁੱਟ ਡਿਵਾਈਸ ਆ। ਸੋ ਇਹ ਸੀ ਅੱਜ ਦਾ ਆਪਣਾ ਟੋਪਿਕ, ਆਊਟਪੁੱਟ ਡਿਵਾਈਸਿਸ। ਥੈਂਕਸ ਫੋਰ ਵਾਚਿੰਗ। ਨੈਕਸਟ ਟੋਪਿਕ ਹੋਵੇਗਾ ਆਪਣਾ ਮੈਮਰੀ ਮੈਨੇਜਮੈਂਟ ਇਨ ਡਿਟੇਲ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਨਾਲ ਹੀ ਬੈੱਲ ਬਟਨ ਦੇ ਆਈਕਨ 'ਤੇ ਜ਼ਰੂਰ ਕਲਿੱਕ ਕਰਨਾ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕਣ, ਅਤੇ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ। ਵੀਡੀਓ ਨੂੰ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਕਿਹੋ ਜਿਹੀ ਲੱਗੀ। ਥੈਂਕ ਯੂ ਸੋ ਮੱਚ।